ਗੱਲ ਆਪਾਂ ਹਮੇਸ਼ਾ ਸਟੂਡੈਂਟ ਵੀਜ਼ਾ ਦੀ ਕਰਦੇ ਹਾਂ ਪਰ ਨਾਲ ਦੀ ਨਾਲ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਸਾਡੇ ਕੋਲ ਨੇ ਅਸੀਂ ਅਗਰ ਯੂਕੇ ਦੀ ਗੱਲ ਕਰੀਏ ਇੱਕ ਟਾਈਮ ਸੀ ਜਦੋਂ ਯੂਕੇ ਨੂੰ ਸਪਾਊਸ ਵੀਜ਼ਾ ਲਈ ਬੈਸਟ ਆਪਸ਼ਨ ਮੰਨਿਆ ਜਾਂਦਾ ਸੀ ਪਰ ਜਿਵੇਂ ਜਿਵੇਂ ਯੂਕੇ ਦੇ ਅਪਡੇਟਸ ਆ ਰਹੇ ਨੇ ਸਪਾਊਸ ਵੀਜ਼ਾ ਦਾ ਯੂਕੇ ਜਾਣਾ ਹੁਣ ਮੁਸ਼ਕਿਲ ਹੋ ਗਿਆ ਤੇ ਇਸੇ ਤਰ੍ਹਾਂ ਦੇ ਨਾਲ ਅੱਜ ਦੇ ਸਮੇਂ ਵਿੱਚ ਜਿਨ੍ਹਾਂ ਦਾ ਵੀ ਸਵਾਲ ਹੈ ਕਿ ਸਪਾਊਸ ਵੀਜ਼ਾ ਲਈ ਸਾਡੇ ਕੋਲ ਕਿਹੜੀਆਂ ਚੰਗੀਆਂ ਆਪਸ਼ਨਸ ਨੇ ਅੱਜ ਦੀ ਵੀਡੀਓ ਵਿੱਚ ਇਹੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਸਪਾਊਸ ਵੀਜ਼ਾ ਨੂੰ ਲੈ ਕੇ ਚੰਗੀਆਂ ਆਪਸ਼ਨਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਜੀ ਸੋ ਸਾਰੇ ਸਟੂਡੈਂਟਸ ਨੂੰ ਜਿਵੇਂ ਕਿ ਪਤਾ ਵੀ ਹੈ ਅਗਰ ਨਵੇਂ ਸਟੂਡੈਂਟ ਸਾਡੇ ਨਾਲ ਜੁੜੇ ਨੇ ਕਿ ਮੈਮ ਦਾ ਨੈਵੀਗੇਟਰਸ ਓਵਰਸੀਜ਼ ਦਾ ਤਕਰੀਬਨ 27-28 ਸਾਲਾਂ ਦਾ ਐਕਸਪੀਰੀਅੰਸ ਹੈ ਔਰ ਤੁਸੀਂ ਸੋਚ ਸਕਦੇ ਹੋ ਇੰਨੇ ਸਾਲਾਂ ਦੇ ਵਿੱਚ ਕਿੰਨੀਆਂ ਪ੍ਰੋਫਾਈਲਸ ਤੇ ਕੰਮ ਕੀਤਾ ਜਾ ਚੁੱਕਿਆ ਹੈ ਕਿੰਨੇ ਤਰ੍ਹਾਂ ਦੇ ਪ੍ਰੋਗਰਾਮਸ ਦੇ ਉੱਪਰ ਕੰਮ ਕੀਤਾ ਜਾ ਸਕਦਾ ਹੈ ਕਿੰਨੀਆਂ ਕੰਟਰੀਜ਼ ਵਿੱਚ ਡੀਲ ਕੀਤਾ ਜਾ ਚੁੱਕਿਆ ਹੈ ਸੋ ਅੱਜ ਇਸੇ ਲਈ ਮੈਮ ਤੋਂ ਸਪੈਸ਼ਲੀ ਅਸੀਂ ਸਪਾਊਸ ਵੀਜ਼ਾ ਦੀ ਆਪਸ਼ਨਸ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਅੱਜ ਦੇ ਸਮੇਂ ਵਿੱਚ ਕਿਹੜੀਆਂ ਉਹ ਚੰਗੀਆਂ ਬੈਸਟ ਆਪਸ਼ਨਸ ਨੇ ਜਿੱਥੇ ਸਪਾਊਸ ਵੀਜ਼ਾ ਲਈ ਅਪਲਾਈ ਕੀਤਾ ਜਾ ਸਕਦਾ ਹੈ ਟਾਈਮਲੀ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਸੋ ਮੈਮ ਜ਼ਰੂਰ ਮੈਂ ਚਾਹੂੰਗੀ ਡਿਟੇਲ ਵਿੱਚ ਇਹ ਜਾਣਕਾਰੀ ਤੁਸੀਂ ਸਾਰੇ ਦਰਸ਼ਕਾਂ ਨਾਲ ਸਟੂਡੈਂਟਸ ਦੇ ਨਾਲ ਸਾਂਝੀ ਕਰਿਓ ਹਰਜੋਤ ਜੀ ਜਿਹੜੇ ਸਟੂਡੈਂਟਸ ਮੈਚੋਰ ਸਟੂਡੈਂਟਸ ਹੈ ਜਿਨ੍ਹਾਂ ਦੀ ਮੈਰਿਜ ਹੋ ਗਈ ਹੈ ਹਸਬੈਂਡ ਵਾਈਫ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੈ ਨੈਚੁਰਲ ਹੈ ਹਰ ਸਟੂਡੈਂਟ ਦਾ ਆਪਣਾ ਇੱਕ ਡ੍ਰੀਮ ਹੈ ਔਰ ਮੈਰਿਜ ਹੋ ਗਈ ਅਤੇ ਦੋਨਾਂ ਨੇ ਮਿਲ ਕੇ ਆਪਣਾ ਘਰ ਚਲਾਉਣਾ ਇੱਕ ਅੱਛਾ ਫਿਊਚਰ ਸੋਚਦੇ ਆ ਹੁਣ ਕਿਉਂਕਿ ਯੂਕੇ 'ਤੇ ਬੜਾ ਹੀ ਈਜ਼ੀ ਰਿਹਾ ਸਪਾਊਸ ਨੂੰ ਲੈ ਕੇ ਲਾਸਟ ਈਅਰ ਤੱਕ ਮੀਨਸ ਇਸ ਸਾਲ ਤੱਕ ਹੁਣ ਜਨਵਰੀ 24 ਤੋਂ ਸਪਾਊਸ ਵੀਜ਼ਾ ਬੰਦ ਹੋ ਰਿਹਾ ਅਤੇ ਇਸ ਕਰਕੇ ਯੂਨੀਵਰਸਿਟੀਆਂ ਨੇ ਈਵਨ ਕਾਫੀ ਵੀਜ਼ਾ ਦਿੱਤਾ ਦਸੰਬਰ ਤੱਕ ਉਹਨਾਂ ਨੇ ਆਪਣੇ ਇਨਟੇਕ ਖੋਲ੍ਹ ਕੇ ਰੱਖੇ 1 ਜਨਵਰੀ ਤੋਂ ਬੰਦ ਹੋ ਰਿਹਾ ਹੁਣ ਉਹ ਦੇਖ ਰਿਹਾ ਕਿ ਹੋਰ ਕਿਹੜੀ ਕਿਹੜੀ ਆਪਸ਼ਨ ਹੋ ਸਕਦੀਆਂ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੈ ਬਹੁਤ ਹੀ ਜਬ ਅੱਛਾ ਪ੍ਰੋਫਾਈਲ ਹੋਏ ਐਕਸਟਰਾਆਰਡਨਰੀ ਪ੍ਰੋਫਾਈਲ ਹੋਏ ਫਿਰ ਸਪਾਊਸ ਨੂੰ ਲੈ ਕੇ ਯੂਕੇ ਹੋ ਸਕਦਾ ਕੈਨੇਡਾ ਦਾ ਸਪਾਊਸ ਵੀਜ਼ਾ ਕੈਨੇਡੀਅਨ ਗਵਰਨਮੈਂਟ ਨੇ ਅਲਾਓ ਕੀਤਾ ਹੋਇਆ ਅਤੇ ਸਪਾਊਸ ਨਾਲ ਜਾ ਸਕਦਾ ਦੈਨ ਆ ਜਾਂਦਾ ਯੂਰਪ ਜਿਨ੍ਹਾਂ ਦਾ ਬਜਟ ਬਹੁਤ ਜ਼ਿਆਦਾ ਨਹੀਂ ਹੈ ਕਿਉਂਕਿ ਕੈਨੇਡਾ ਜਿਹੜਾ ਸਾਡੇ 10,200 GIC ਵੀ ਜਾਣੀ ਹੈ 1 ਈਅਰ ਦੀ ਜਾਂ 6 ਮੰਥ ਦੀ ਫੀਸ ਵੀ ਜਾਣੀ ਹੈ ਅਤੇ ਉਹਦੇ ਵਿੱਚ ਯੂਰਪ 'ਚ ਕੁਛ ਆਪਸ਼ਨਸ ਨਿਕਲ ਆਉਂਦੀਆਂ ਜਿੱਥੇ ਸਪਾਊਸ ਦਾ ਕੋਈ ਐਕਸਟਰਾ ਖਰਚਾ ਨਹੀਂ ਹੈ ਔਰ ਸਪਾਊਸ ਨਾਲ ਜਾ ਸਕਦਾ ਜਿਹਦੇ ਵਿੱਚ ਸਭ ਤੋਂ ਪਹਿਲੇ ਆ ਜਾਂਦਾ ਹੁਣ ਜਿਹੜੇ ਸਟੂਡੈਂਟਸ ਦੇ ਵਿੱਚ ਡਿਮਾਂਡ ਹੈ ਸਵੀਡਨ ਸਵੀਡਨ ਦੇ ਵਿੱਚ ਕੀ ਹੈ ਕਿ ਜੇ ਬੱਚੇ ਨੇ IT ਵਿੱਚ ਕੀਤਾ ਹੋਇਆ ਅਤੇ ਹਜੇ ਤੱਕ ਆਇਲਟਸ ਵੀ ਨਹੀਂ ਮੰਗਦੇ ਸੀਗੇ ਜਾਂ BTECH ਕੀਤੀ ਹੋਈ ਹੈ ਜਾਂ ਇੱਦਾਂ ਦਾ ਮਤਲਬ 4 ਈਅਰ ਬੈਚੁਲਰ ਕੀਤੀ ਹੈ ਅਤੇ ਆਇਲਟਸ ਦੀ ਜ਼ਰੂਰਤ ਨਹੀਂ ਸੀ ਬਟ ਰੀਸੈਂਟ ਚੇਂਜਿਸ ਦੇ ਵਿੱਚ ਹੁਣ ਉਹ ਮੰਗ ਸਕਦੇ ਆ ਬਟ ਸਪਾਊਸ ਜਾਂ ਮੀਨਸ ਬੱਚਾ ਹੈ ਨਾਲ ਉਹ ਨਾਲ ਜਾ ਸਕਦੇ ਆ ਇਹ ਇੱਕ ਅੱਛੀ ਆਪਸ਼ਨ ਹੁੰਦੀ ਹੈ ਫੀਸ ਵੀ ਇਹਨਾਂ ਦੀ ਘੱਟ ਹੀ ਹੈ 10-11 ਹਜ਼ਾਰ ਯੂਰੋ ਹੈ ਐਂਡ ਮਾਸਟਰਸ ਵਾਸਤੇ ਅੱਛੀ ਆਪਸ਼ਨ ਬਣ ਸਕਦੀ ਹੈ ਸੈਕਿੰਡ ਜਿਹੜਾ ਹੈ ਫਿਨਲੈਂਡ ਹੈ ਫਿਨਲੈਂਡ ਦੀ ਆਪਸ਼ਨ ਬੱਚਿਆਂ 'ਚ ਕਾਫੀ ਪਾਪੂਲਰ ਚੱਲ ਰਹੀ ਹੈ ਕਿਉਂਕਿ ਥੋੜ੍ਹਾ ਈਜ਼ੀ ਹੈ ਸਪਾਊਸ ਨੂੰ ਲੈ ਕੇ ਔਰ ਫੀਸ ਨੂੰ ਲੈ ਕੇ ਅਤੇ ਉਹ ਵੀ ਇੱਕ ਅੱਛੀ ਆਪਸ਼ਨ ਹੋ ਸਕਦੀ ਹੈ ਜਿਹੜਾ ਹੁਣ ਮੈਂ ਜਾਂ ਦੱਸ ਰਹੀ ਹਾਂ ਫਿਨਲੈਂਡ ਜਾਂ ਸਵੀਡਨ ਇਹ ਸਾਰੇ ਹੁਣ ਸੈਪਟੈਂਬਰ ਇਨਟੇਕ ਦੀ ਗੱਲ ਹੋ ਰਹੀ ਆ ਲੇਕਿਨ ਉਹਨਾਂ ਦੀ ਡੈਡਲਾਈਨ ਜਿਹੜੀ ਹੈ ਮਾਰਚ ਵਿੱਚ ਖਤਮ ਹੋ ਜਾਣਗੇ ਕਈਆਂ ਦੀ ਤਾਂ ਜਨਵਰੀ ਵਿੱਚ ਹੀ ਖਤਮ ਹੋ ਜਾਣਗੇ ਥਰਡ ਕੰਟਰੀ ਆ ਜਾਂਦਾ ਡੈਨਮਾਰਕ ਡੈਨਮਾਰਕ ਦੇ ਵਿੱਚ ਵੀ ਸਪਾਊਸ ਜਿਹੜਾ ਨਾਲ ਜਾ ਸਕਦਾ ਸਟੂਡੈਂਟ ਦੇ ਉੱਥੇ ਜਿਹੜੀ ਰਿਕੁਆਇਰਮੈਂਟ ਹੈ ਡੈਨਮਾਰਕ 'ਚ ਐਜੂਕੇਸ਼ਨ ਦੇ ਨਾਲ 6 ਬੈਂਡ ਆਇਲਟਸ ਕੰਪਲਸਰੀ ਹੈ ਬਟ ਸਪਾਊਸ ਵਾਸਤੇ ਇਟ ਕੈਨ ਬੀ ਏ ਗੁੱਡ ਆਪਸ਼ਨ ਮੇਨ ਐਪਲੀਕੈਂਟ ਦੇ ਫੰਡ ਨਹੀਂ ਦਿਖਾਉਣੇ ਹੁੰਦੇ ਬਟ ਸਪਾਊਸ ਦੇ 14-15 ਲੱਖ ਰੁਪਿਆ ਫੰਡ ਦਿਖਾਉਣਾ ਪੈਂਦਾ ਡੈਨਮਾਰਕ ਦੇ ਵਿੱਚ ਫੋਰਥ ਜਿਹੜੀ ਸਭ ਤੋਂ ਈਜ਼ੀ ਆਪਸ਼ਨ ਇਸ ਟਾਈਮ ਆ ਰਹੀ ਆ ਉਹ ਆ ਰਹੀ ਹੈ ਫਰਾਂਸ ਦੀ ਜਦੋਂ ਸਟੂਡੈਂਟ ਨੇ ਮਾਸਟਰਸ ਕੀਤੀ ਹੋਈ ਹੈ BCOM BBA ਜਾਂ ਆਰਟਸ 'ਚ ਇਕਨੋਮਿਕਸ ਰੱਖਿਆ ਹੋਇਆ ਜਾਂ ਲਾਅ ਦਾ ਰੱਖਿਆ ਹੋਇਆ ਉਹਨਾਂ ਨੇ ਮਾਸਟਰਸ ਕੀਤੀ ਹੋਈ ਹੈ ਉਹ ਸਾਰੇ PhD ਵਾਸਤੇ ਜਾ ਸਕਦੇ ਆ ਵਿਦ ਸਪਾਊਸ ਵਿਦ ਕਿਡ ਔਰ ਉਹ ਵੀ ਫੀਸ ਜਿਹੜੀ ਹੈ ਘੱਟ ਤੋਂ ਘੱਟ ਜਸਟ 7,000 ਯੂਰੋ ਅਤੇ ਇਹ ਇੱਕ ਮਤਲਬ 7,000 ਦਾ ਮਤਲਬ 6.5-6 ਲੱਖ ਮੇਰੇ ਖਿਆਲ ਸਾਲ ਦੀ ਫੀਸ ਬਣੀ ਅਤੇ 18-20 ਲੱਖ 'ਚ 3 ਸਾਲ ਦੀ ਇਹਨਾਂ ਦੀ ਰਿਸਰਚ ਵੀ ਹੋ ਗਈ ਔਰ ਸਪਾਊਸ ਵੀ ਨਾਲ ਚਲਾ ਗਿਆ ਪੋਸਟ ਸਟੱਡੀ ਵਰਕ ਪਰਮਿਟ ਫੁੱਲ ਟਾਈਮ ਆਫਟਰ ਸਟੱਡੀਜ਼ 2-5 ਈਅਰ ਦਾ ਪੋਸਟ ਸਟੱਡੀ ਵਰਕ ਪਰਮਿਟ
ਇਹ ਆਪਸ਼ਨ ਵੀ ਬਹੁਤ ਅੱਛੀ ਹੋ ਸਕਦੀ ਹੈ ਜਿਹਦੇ ਵਿੱਚ ਕਿ ਸਪਾਊਸ ਨਾਲ ਜਾ ਸਕਦਾ। ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟ ਜਿੱਦਾਂ ਡੈਨਮਾਰਕ 'ਚ ਖਾਲੀ ਸਪਾਊਸ ਦੇ ਦਿਖਾਉਣੇ, ਮੇਨ ਐਪਲੀਕੈਂਟ ਦੇ ਨਹੀਂ ਦਿਖਾਉਣੇ, ਇੱਦਾਂ ਫਰਾਂਸ ਦੇ ਵਿੱਚ ਜਿਹੜੇ ਆ 10 ਲੱਖ ਰੁਪਇਆ ਮੇਨ ਐਪਲੀਕੈਂਟ ਦੇ, 10 ਲੱਖ ਰੁਪਇਆ ਸਪਾਊਸ ਦੇ, ਅਤੇ 20 ਲੱਖ ਰੁਪਇਆ ਟੋਟਲ ਤੁਸੀਂ ਸ਼ੋਅ ਕਰਨਾ ਅਤੇ ਯੂ ਕੈਨ ਅਕੰਪਨੀ ਯੂਅਰ ਸਪਾਊਸ ਦੇਅਰ। जी जी, सो बहुत देखो चंगियां ऑप्शनस अवेलेबल ने। सो जड़े भी स्पाउस नाल, जिन्हों का फोकस यह है कि स्पाउस नाल असी जाना चाहते हैं, जे ही ना एक चीज़ भूल गई शो दे विच, इहदे विच न्यूजीलैंड भी एक बहुत अच्छी ऑप्शन है स्पाउस दे नाल, क्योंकि मास्टर्स दे वास्ते जे न्यूजीलैंड जा रहे हो तो तुसी स्पाउस और अपने बच्चे नूं नाल लैके जा सकते हो। बट उत्थे इक्को ही हर्डल आंदा कि तुहानू जिहड़े आ अमाउंट तुहाडे बैंक दे विच 6 महीने ओल्ड होनी चाहिए है, जो कि आन वाले टाइम च सुनना चाह रहा है कि शायद ये घट कर देंगे 3 महीने ओल्ड और अमाउंट भी थोड़ी घट शो करनी पेगी। वो जनवरी दे विच अपडेट आना है, और जिद्दां ही अपडेट आएगा वी विल बी इन टच विद यू। लेकिन हजे तक जिहड़े स्पाउस दे जिहड़ी ऑप्शनस अपने कोल आई हैं आस्ट्रेलिया, इफ ए केस इज़ वेरी गुड एक्सीलेंट, बहुत अच्छा केस है, मैरिज 1 तो 1.5 साल पुरानी है, उहदे बाद न्यूजीलैंड जां फंड तुहाडे कोल 6 महीने होल्ड है, एंड दैन यूरोप दे विच स्वीडन, डेनमार्क, फिनलैंड, फ्रांस, ये सारी अच्छी ऑप्शन आ रही है। बिल्कुल, सो ये सारियां चंगी ऑप्शनस ने, पर स्टूडेंट्स नूं ख्याल जरूर रखना चाहिए, जिवें मैम ने पहला गल की स्वीडन फिनलैंड की, कि सप्टेंबर इनटेक लिए तुसी अपलाई कर सकते हो, लेकिन डेडलाइनस नूं जरूर समझो, मार्च तक तुसी अपनी तैयारी दे नाल अपलाई कर दो। सो अपन नूं समझना पेगा डेडलाइन की है। जी जी, क्योंकि हर यूनिवर्सिटी की एक पर्टिकुलर सीट है, उन्नी ही उन्होंने देनी है, ये नहीं कि उन्होंने को जद मर्जी बच्चा आ जाए जद मर्जी ला लेंगे। ये सारी यूनिवर्सिटियां जिन्हें डेडलाइन है वो सारी क्वालिटी स्टूडेंट्स नू लेंदियां, तो उन्होंने जिहड़ा एक सिलेक्शन प्रोसैस उस टाइम के अंदर अंदर उन्होंने कंप्लीट करना है, फिर इनविटेशन भेजना बच्चे की ऑफर लैटर या जो भी जो इनवाइट किया जाए वो हिसाब नाल ही फिर उन्होंने सिलेक्शन है, और वीज़ा प्रोसैस भी थोड़ा जहा टाइम लग ही जाता है क्योंकि एम्बेसी तो भी डेट चकनी है एंड वीज़ा फाइल भी जानी है, फिर वीज़ा का रिजल्ट भी आना है, इस करके डेडलाइन दिती जाती है। बिल्कुल बिल्कुल, सो मैं उही गल कह रही थी कि स्टूडेंट्स जिन्हें भी साड़ी वीडियो नाल जुड़े ने, अगर तुसी स्पाउस वीज़ा बारे सोच रहे हो यूरोप दी आपां कंट्रीज दी जेकर गल कर रहे हैं, तो जरूर डेडलाइनस नूं समझदे होए टाइमली अप्लाई करो। ये ना सोचो कि अगर सप्टेंबर इनटेक है बहुत टाइम पिया, साडे कोल हल्ता नवें साल की शुरुआत भी नहीं हुई है। सो चीज़ां नूं समझो कि फाइलिंग या सीट्स लिमिटेड हुंदियां ने, ते तुसी अगर अप्लाई करना चाहुंदे हो तां टाइमली इस नंबर दे उप्पर कॉल करके सही सलाह लो, किहड़े किहड़े डॉक्यूमेंटेशन दी जरूरत है, किस तरह दी हुणे फटाफट करो, कदों अप्लाई कर लो, स्पाउस नूं लैके की होर फॉरमैलिटीज़ ने जो तुसी कंप्लीट करनियां ने, ताकि बिना हर्डल्स दे तुसी स्मूथली अपना प्रोसैस कंप्लीट करो ते अपने स्पाउस दा वीज़ा भी लगवा सको। सो बहुत बहुत थैंक्स मैम, आ सारी जानकारी तुसी अज जिहड़ी दित्ती है, चंगीआं ऑप्शनस दसियां ने। सो उम्मीद करदी हाँ जिहड़े भी स्टूडेंट्स जुड़े ने साडी वीडियोज़ दे नाल, उहनां नूं काफ़ी कुछ नवां ते वधिया जानण नूं मिलिया होएगा। अपने सवाल तुसी कमेंट सैक्शन दे ज़रिए भी साडे नाल जरूर सांझे कर सकदे हो, अगों भी असीं तुहाडे लई होर इनफॉर्मेटिव वीडियोज़ लैके आते रहेंगे। फिलहाल ही सानू दिओ जी इजाजत, थैंक यू सो मच। थैंक यू।